हाँ जी सर, किन्नी बार रिफ्यूज हो चुके अपना वीजा उधर? सर 5 टाइम, 5 टाइम वीजा, 1 टाइम विजिटर, टोटल 6 बार। टोटल 5 टाइम्स रिफ्यूज हो गया? 6 बार सर। हैं, आई एम सॉरी, 6 बार सर। ओह 6, ओह माय गॉड, 6 बार। ਤੁਸੀਂ ਮੇਰੇ ਕੋਲ ਆਏ ਸੀ, ਤੁਹਾਡੇ ਦੇਖੋ ਮੈਂ ਫਾਈਲ, ਹਰ ਇੱਕ ਦੀ ਕਲਾਇੰਟ ਦੀ ਫਾਈਲ ਬਣਾਈ ਹੋਈ ਹੈ। 15 ਮਈ ਨੂੰ ਆਏ ਤੁਸੀਂ ਮੇਰੇ ਕੋਲ, ਮੇਰੇ ਯਾਦ ਹੈ? ਹਾਂਜੀ ਸਰ। ਤੇ ਇੱਕ ਵਾਰ ਆਪਣਾ, ਅੱਛਾ ਇੱਕ ਐਕਚੁਅਲੀ ਤੁਹਾਡੇ ਬਾਰੇ, ਐਕਚੁਅਲੀ ਮੈਂ ਉਸ ਵਕਤ ਆਈ ਵਾਸ ਇਨ ਇੰਡੀਆ ਦੈਟ ਟਾਈਮ, ਤੇ ਤੁਹਾਡੀ ਪਹਿਲੀ ਕਾਲ ਆਈ ਸੀ, ਤੇ ਜਗਜੀਤ ਸਿੰਘ ਨਾਮ ਦਾ ਤੁਸੀਂ ਨਾਮ ਆਪਣਾ ਲਿਆ, ਤੇ ਮੇਰੇ ਫਾਦਰ ਸਾਹਿਬ ਵੀ ਬੈਠੇ ਸੀ ਉਧਰ। ਇੱਕ ਸੈਕਿੰਡ ਹੋਲਡ ਕਰਨਾ, ਠੀਕ ਹੈ ਸਰ, ਹੋਲਡ ਕਰਨਾ ਜ਼ਰਾ, ਹੋਲਡ ਕਰਨਾ ਜ਼ਰਾ, ਸ਼ਾਇਦ ਦੂਸਰੀ ਲਾਈਨ ਤੇ, ਦੂਸਰੀ ਲਾਈਨ ਤੇ ਉਹ ਵੀ ਹੈ ਹਰਵਿੰਦਰ ਸਟਾਰ। ਆਵਾਜ਼ ਆ ਰਹੀ ਹੈ ਹਰਵਿੰਦਰ? ਹਾਂਜੀ ਸਰ, ਹਾਂਜੀ ਆ ਰਹੀ ਹੈ, ਆ ਰਹੀ ਆ ਰਹੀ। ਆਲ ਵੈਲ, ਥੈਂਕ ਯੂ। ਜਗਜੀਤ ਕੀ ਹਾਲ ਹੈ? ਵਧੀਆ ਸਰ, ਵਧੀਆ। ਕੋਲ ਤੋਂ ਮੈਂ ਐਕਚੁਅਲੀ ਜਗਜੀਤ ਨੂੰ ਇਹ ਦੱਸ ਰਿਹਾ ਸੀ ਕਿ ਵੀ ਤੁਹਾਡੀ ਜਦ ਪਹਿਲੀ ਵਾਰ ਕਾਲ ਆਈ ਸੀ ਨਾ, ਐਕਚੁਅਲੀ 15 ਮਈ ਨੂੰ, ਤੋ ਉਸ ਵਕਤ ਮੈਂ ਆਪਣੇ ਉੱਥੇ ਬੈਠੇ ਹੋਏ ਸੀ ਆਪਣੇ ਇੰਡੀਆ, ਆਈ ਵਾਸ ਇਨ ਇੰਡੀਆ ਦੈਟ ਟਾਈਮ, ਮਾਈ ਫਾਦਰ ਵਾਸ ਸਿਟਿੰਗ ਇਨ ਫਰੰਟ ਆਫ ਮੀ, ਤੇ ਉਸ ਵਕਤ ਇਹਨਾਂ ਦੀ ਕਾਲ ਚੱਲ ਰਹੀ ਸੀ ਸਪੀਕਰ ਫੋਨ ਤੇ, ਤੇ ਜਗਜੀਤ ਨੇ ਨਾਮ ਲਿਆ। ਜਗਜੀਤ ਮੇਰੇ ਗ੍ਰੈਂਡਫਾਦਰ ਦਾ ਵੀ ਨਾਮ ਹੈ। ਠੀਕ ਹੈ ਸਰ, ਓਕੇ। ਸੋ ਉਹ ਵੀ ਮੈਨੂੰ ਪੁੱਛਣ ਲੱਗੇ ਵੀ ਇਹ ਕੌਣ ਕਾਲ ਕਰ ਰਿਹਾ, ਜਗਜੀਤ ਸਿੰਘ। ਫਿਰ ਮੈਂ ਦੱਸਿਆ ਕਿ ਜਗਜੀਤ ਸਿੰਘ ਇਸ ਤਰ੍ਹਾਂ ਕਲਾਇੰਟ ਹੈ, ਪੋਸੀਬਲੀ ਇਹਨਾਂ ਦਾ ਵੀਜ਼ਾ ਵਾਲਾ ਜੋ ਵੀ ਕੁਛ ਹੈ। ਸੋ ਮੈਨੂੰ ਇੱਕ ਇਸ ਤਰ੍ਹਾਂ ਦੀ ਇਮੋਸ਼ਨ ਜਿਹਾ ਹੋ ਗਿਆ ਸੀ ਕਿ ਇਹਨਾਂ ਦਾ ਕੇਸ ਆਪਾਂ ਲੈਣਾ ਚਾਹੀਦਾ ਜ਼ਰੂਰ, ਨਾ ਕਰੀਏ। ਅੱਛਾ, ਦੂਸਰਾ ਇਹਨਾਂ ਦੇ, ਜਗਜੀਤ ਸਿੰਘ ਦੇ ਬਾਰੇ ਇੱਕ ਹੋਰ ਖੂਬੀ ਹੈ, ਇਹਨਾਂ ਦੀ ਜਿਹੜੀ ਡਿਸਪਲੇ ਪ੍ਰੋਫਾਈਲ ਹੈ ਨਾ, ਡੀਪੀ ਹੈ ਜਿਹੜੀ ਵਟਸਐਪ ਦੀ, ਉਹ ਮੇਰੇ ਖਿਆਲ ਰੋਜ਼ ਹੀ ਚੇਂਜ ਹੁੰਦੀ ਹੈ ਇਹਨਾਂ ਦੀ। ਬਿਲਕੁਲ ਸਰ, ਇਹ ਬੜਾ ਪਿਆਰ ਕਰਦਾ ਜੀ ਆਪਣੀ ਵਾਈਫ ਨੂੰ। ਆਈ ਬੈਟ ਸ਼ੀ ਡਸ ਐਕਚੁਅਲੀ। ਰਮਨਦੀਪ, ਰਮਨਦੀਪ ਹੈ ਨਾ, ਇਹ ਲੈਲਾ ਮਜਨੂ ਤੋਂ ਵੀ ਸੱਚਾ ਪਿਆਰ ਹੈ ਜੀ ਇਹਨਾਂ ਦਾ। ਰਮਨਦੀਪ ਯੂਨੀਵਰਸਿਟੀ ਆਫ ਮੈਨੀਟੋਬਾ। ਹਾਂਜੀ ਸਰ, ਯਾ। ਸੋ ਇਹ ਮੈਂ ਐਕਚੁਅਲੀ ਕਈ ਵਾਰ ਸੋਚਦਾ ਸੀ ਕਿ ਉਹ ਬੈਠੀ ਉਧਰ ਹੈ, ਤੁਸੀਂ ਇਧਰ ਬੈਠੇ ਹੋ, ਤਾਂ ਆਪਣੀ ਡੀਪੀ ਤੁਸੀਂ ਰੋਜ਼ ਚੇਂਜ ਕਰਾਈ ਜਾ ਰਹੇ ਹੋ, ਕਿ ਤੁਹਾਡੇ ਕੋਲ ਕੋਈ ਖਜ਼ਾਨਾ ਹੈ ਫੋਟੋਗ੍ਰਾਫ ਦਾ, ਜੋ ਮਰਜ਼ੀ ਪਿਕ ਕਰਦੇ ਆ ਫਿਰ ਕਰਦੇ ਆ, ਕਿਸ ਤਰ੍ਹਾਂ ਕਰਦੇ ਆ ਤੁਸੀਂ? ਨਹੀਂ ਸਰ, ਜਦੋਂ ਇੰਡੀਆ ਆਏ ਹੋਏ ਸੀਗੇ ਉਦੋਂ ਪਿਕ ਕੀਤੀਆਂ ਸੀ ਅਸੀਂ। ਅੱਛਾ, ਫਿਰ ਡੇਲੀ ਚੇਂਜ, ਫਿਰ ਜਾ ਤਾਂ ਸਕਦੇ ਨਹੀਂ ਸਕੂਲ ਸਰ। ਅੱਛਾ, ਦੂਸਰਾ ਵੇਖ, ਮੈਂ ਬੜਾ ਹੋਰ ਸੋਚਿਆ ਕਿ ਵੀ ਤੁਹਾਡੀ ਜਿਹੜੀ ਫੋਟੋਆਂ ਵਿੱਚ ਹਸਬੈਂਡ ਵਾਈਫ ਦੀ ਫੋਟੋ ਆਇਆ, ਉਹਦੇ ਵਿੱਚ ਹੈ ਕਿ ਕੋਈ ਸਨੋ ਵਾਲੀ ਵੀ ਫੋਟੋ ਹੈ, ਸਨੋ ਦੇ ਵਿੱਚ ਤੁਸੀਂ ਖੇਡ ਰਹੇ ਹੋ, ਚੱਲ ਰਹੇ ਹੋ। ਮੈਂ ਕਿਹਾ ਬੰਦਾ ਗਿਆ ਤੇ ਹੈ ਨਹੀਂ, ਸਨੋ ਦੀ ਫੋਟੋ ਕਿੱਥੋਂ ਆ ਗਈ? ਸਰ ਉਹ ਖਿਜਾਰ ਦੀਆਂ ਸੀ ਫੋਟੋ, ਲੇਕਿਨ ਸਨੋ, ਸਨੋ ਜੈਕਟ ਵੀ ਪਾਈ ਹੋਈ ਹੈ ਤੁਸੀਂ, ਸ਼ਾਇਦ ਸਨੋ ਵਾਲੀ ਕੁਛ ਹੈ ਸ਼ਾਇਦ, ਕੋਈ ਮਤਲਬ ਮੇ ਬੀ ਕੋਈ ਹਿਮਾਚਲ ਨਾ ਹੋ, ਲੇਕਿਨ ਸਨੋ ਵਾਲੀ ਕਾਫੀ ਉਹ ਬਣੇ ਹੋਇਆ, ਸਨੋ ਕੈਪਟ ਮਾਊਂਟੇਨ ਬਣੇ ਹੋਏ ਆ, ਪਤਾ ਨੀ ਕਿਸ ਤਰ੍ਹਾਂ ਤੁਸੀਂ। ਚਲੋ ਕੋਈ ਗੱਲ ਨੀ। ਇੱਕ ਐਕਚੁਅਲੀ ਇੱਕ ਇਹ ਜਗਜੀਤ ਸਿੰਘ ਨੇ ਮੈਨੂੰ ਪਿਛਲੇ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇਹਨਾਂ ਨੇ ਆਪ ਮੈਨੂੰ, ਕਿਉਂਕਿ ਇਹ ਜੁੜੇ ਹੋਏ ਆ ਕਿਸੇ ਸਪਾਊਸ ਤੁਹਾਡੇ ਜਿਹੜੇ ਨਾ ਵਟਸਐਪ ਦੇ ਗਰੁੱਪ ਤੇ ਜੁੜੇ ਹੋਏ ਨੇ ਸ਼ਾਇਦ, ਕਿ ਉੱਥੇ ਲੋਕੀ ਗੱਲਾਂ ਕਰਦੇ ਰਹਿੰਦੇ ਵੀ ਕਿੱਦਾਂ ਵੀਜ਼ਾ ਆ ਰਿਹਾ, ਫਲਾਨਾ ਢਮਕਾਨਾ ਜੋ ਵੀ ਕੁਛ ਹੈ। ਸੋ ਇਹਨਾਂ ਨੇ ਮੈਨੂੰ ਆਪ ਦੱਸਿਆ ਹੋਇਆ ਕਿ ਵੀ ਜਿੰਨੇ ਵੀ ਇੱਕ ਜਿਹੜੇ ਫਾਰਮਰ ਕਲਾਇੰਟ ਹੈ ਨਾ, ਫਾਰਮਰ ਮਤਲਬ ਜਿਹਨਾਂ ਦੀ ਸੈਲਫ ਇੰਪਲੋਇਮੈਂਟ ਹੈ, ਸੈਲਫ ਇੰਪਲੋਇਮੈਂਟ ਜਿਹਨਾਂ ਦੀ ਸ਼ੋਅ ਹੋ ਰਹੀ ਹੈ, ਕਿਉਂਕਿ ਉਹਨਾਂ ਦੇ ਕੋਲ ਰੈਗੂਲਰ ਤੇ ਹੁੰਦਾ ਨਹੀਂ, ਇਨਕਮ ਦਾ ਸਰੋਤ ਹੈ ਨਹੀਂ। ਸੋ 6-6 ਮਤਲਬ ਮਹੀਨੇ ਬਾਅਦ ਅਗਰ ਕੋਈ ਅਗਰ
ਇਨਕਮ ਆਈ ਤੇ ਤੁਸੀਂ ਸ਼ੋ ਕਰ ਲਿਆ, ਡਿਪੋਜ਼ਿਟ ਸ਼ੋ ਕਰ ਲਿਆ, ਤੇ ਮੈਨੂੰ ਜਗਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਦੇ ਵੀਜ਼ੇ ਲੱਗ ਰਹੇ ਹੈ, ਜਿਨ੍ਹਾਂ ਦੇ ਵੀਜ਼ੇ ਲੱਗ ਰਹੇ ਹੈ ਉਹ ਮਿਨੀਮਮ 10-10 ਲੱਖ ਰੁਪਏ ਡਿਪੋਜ਼ਿਟ ਕਰ ਰਹੇ ਹੈ। ਜਗਜੀਤ ਕਿਆ ਸਹੀ ਹੈ? ਹਾਂਜੀ ਸਰ, ਬਿਲਕੁਲ ਸਹੀ ਹੈ ਜੀ। ਹੈਂ? ਸਹੀ ਹੈ ਸਰ। ਤੇ ਤੁਸੀਂ ਤੁਸੀਂ ਕਿੰਨਾ ਜਮਾ ਕਰਾਇਆ ਸੀ ਹੁਣ ਇਸ ਵਾਰ? ਸਰ ਮੇਰਾ 10 ਪਲੱਸ ਸੀਗਾ ਬੈਲੈਂਸ, 10 ਤੋਂ 10.5 ਦੇ ਵਿੱਚ ਸੀਗਾ। ਜਗਜੀਤ ਸਿੰਘ ਤੁਹਾਡੇ 10 ਲੱਖ ਨੇ ਕੰਮ ਕਰਤਾ, ਤੁਹਾਡਾ ਵੀਜ਼ਾ ਲੱਗਿਆ। ਓਕੇ, ਥੈਂਕ ਯੂ ਸਰ। ਜਗਜੀਤ, ਨੋ ਇਮੋਸ਼ਨ, ਓਨਲੀ ਥੈਂਕ ਯੂ। ਥੈਂਕ ਯੂ ਸਰ ਹਰਮਿੰਦਰ ਸਰ, ਤੁਹਾਡਾ ਵੀ ਬਹੁਤ ਬਹੁਤ ਸਰ। ਇਹ ਸਾਰੇ ਹਰਮਿੰਦਰ ਸਿੰਘ, ਜਗਜੀਤ ਹਰਮਿੰਦਰ ਸਿੰਘ ਦੀ ਮਿਹਨਤ ਹੈ ਵੈਸੇ। ਇਹਨਾਂ ਨੇ ਜਗਜੀਤ ਕਿੰਨੀ ਵਾਰੀ ਤੁਸੀਂ ਰਿਫਿਊਜ਼ਲ ਲਵਾਇਆ ਸੀ ਪਹਿਲਾਂ ਦੱਸੋ। ਸਰ ਮੈਂ 5 ਟਾਈਮ ਵਰਕੇ ਬੀਜਾ, 1 ਵਾਰ ਟਾਈਮ ਡਿਸਟਰ, ਔਰ 6 ਵਾਰੀ ਤੁਹਾਡਾ ਰਿਫਿਊਜ਼ਲ ਸੀ, ਔਰ 7ਵੀਂ ਵਾਰੀ ਸਾਡੇ ਤੋਂ ਵੀ ਹੋਇਆ ਸੀ, ਰਿਮੈਂਬਰ? ਮਾਈ ਗੋਡ, ਹਾਂਜੀ ਸਰ। ਐਂਡ ਐਂਡ 8ਵੀਂ ਵਾਰੀ ਹੁਣ ਦੇਖੋ, ਨਾਓ ਯੂ ਗਾਟ ਯੂਰ ਵੀਜ਼ਾ, ਰਾਈਟ? ਨਹੀਂ ਸਰ, 7 ਵਾਰ। 7 ਵਾਰ ਟੋਟਲ, 7 ਵਾਰ, ਔਰ 8ਵੀਂ ਵਾਰੀ ਤੁਹਾਨੂੰ 8ਵੀਂ ਟਾਈਮ ਤੇ ਮਿਲ ਗਿਆ ਵੀਜ਼ਾ। ਨਹੀਂ, ਟੋਟਲ 6 ਵਾਰ, 7 ਟਾਈਮ ਵੀਜ਼ਾ। ਸਬਮਿਟ ਬਾਕੀ ਇਹ ਕੰਮ ਹਰਮਿੰਦਰ ਸਿੰਘ ਕਰ ਰਹੇ ਹੈ, ਡਾਕੂਮੈਂਟਸ ਜਾ ਕੇ ਮੈਨੂੰ ਦੇ ਰਹੇ ਹੈ, ਠੀਕ ਹੈ? ਲੇਕਿਨ ਉਸ ਤੋਂ ਮਹਾਮੰਡਲੇਸ਼ਵਰ ਬਾਬਾ ਅਮਰਜੋਤ, ਉਸ ਤੋਂ ਜ਼ਿਆਦਾ ਐਕਚੁਅਲੀ ਕ੍ਰੈਡਿਟ ਹੈ ਆਪ ਜਗਜੀਤ ਦਾ ਕਿ ਯੈਸ, ਹੀ ਵਾਸ ਅਵੇਅਰ ਐਕਚੁਅਲੀ ਸਰ। ਹਾਂ, ਹੀ ਵਾਸ ਵੈਰੀ ਮੱਚ ਅਵੇਅਰ, ਯੂ ਨੋ, ਅਬਾਊਟ ਦ ਸਰਕਮਸਟੈਂਸਿਸ ਗੋਇੰਗ ਔਨ ਵਿਦ ਦ ਸਟੂਡੈਂਟਸ, ਜਿਹੜੇ ਸਪਾਊਸਸ ਨੇ ਇਹਨਾਂ ਦੇ, ਹੀ ਹੈਸ ਫਾਊਂਡ ਅ ਗਰੁੱਪ ਆਲਸੋ। ਇਹਦੇ ਬਾਰੇ ਐਕਚੁਅਲੀ ਮੈਂ ਪਹਿਲਾਂ ਵੀ ਐਡਮਿਟ ਕਰ ਚੁੱਕਿਆ ਕਿ ਮੇਰੀ ਇਹ ਇਗਨੋਰੈਂਸ ਰਹੀ ਹੈ ਕਿ ਜਿਹੜੇ ਫਾਰਮਿੰਗ ਕਲਾਇੰਟਸ ਹੈ ਨਾ, ਫਾਰਮਿੰਗ ਕਲਾਇੰਟਸ ਦੇ ਬਾਰੇ ਜਿੰਨਾ ਵੀ ਤੁਸੀਂ ਜੇ ਫਾਰਮ ਸ਼ੋ ਕਰ ਲਓ, ਜਿੰਨਾ ਵੀ ਤਹਿਸੀਲਦਾਰ ਤੋਂ ਇਨਕਮ ਸਰਟੀਫਿਕੇਟ ਸ਼ੋ ਕਰ ਲਓ, ਜਿੰਨੀ ਵੀ ਬੈਂਕ ਸਟੇਟਮੈਂਟ ਸ਼ੋ ਕਰ ਲਓ, ਕਿਉਂਕਿ ਉਹ ਸਾਰੀ ਚੀਜ਼ਾਂ ਦੇਖ ਕਰ ਫਿਰ ਵੀ ਵੀਜ਼ਾ ਅਫਸਰ ਨੂੰ ਇੱਕ ਤਸੱਲੀ ਨਹੀਂ ਰਹੀ। ਕੱਟ ਗਿਆ ਜਗਜੀਤ ਮੇਰੇ ਖਿਆਲ? ਜਗਜੀਤ ਕੱਟ ਗਿਆ ਸ਼ਾਇਦ? ਜਗਜੀਤ ਨਹੀਂ, ਆਨਲਾਈਨ ਹੈਗਾ ਸਰ ਜਗਜੀਤ, ਹੈਗਾ। ਅੱਛਾ, ਤੁਹਾਡੀ ਮੇਰੇ ਖਿਆਲ ਕੋਈ ਕਾਲ ਆ ਰਹੀ ਹੋਗੀ ਸ਼ਾਇਦ। ਸੋ ਇਹ ਮਤਲਬ ਇੱਕ ਜਿਹੜੇ ਸੈਲਫ ਇੰਪਲੋਇਡ ਇਹ ਫਾਰਮਿੰਗ ਕਲਾਇੰਟਸ ਹੈ ਨਾ, ਉਹਨਾਂ ਨੂੰ ਹਮੇਸ਼ਾ ਇੱਕ ਥੋੜ੍ਹਾ ਜਿਹਾ ਰਿਹਾ ਕਿ ਵੀ ਇੱਕ ਵਧੀਆ ਪਿਕਚਰ ਸ਼ੋਅ ਨਹੀਂ ਹੋਈ ਕਿ ਇਹਨਾਂ ਦੀ ਇਨਕਮ ਸਟੇਬਿਲਿਟੀ ਹੈ ਕਿ ਨਹੀਂ ਹੈ, ਇਹਨਾਂ ਦੇ ਜਿਹੜੇ ਇਸਟੈਬਲਿਸ਼ਮੈਂਟ ਹੈ ਵਿਦ ਇਨ ਦ ਕੰਟਰੀ ਆਫ ਰੈਜੀਡੈਂਸ ਉਹ ਹੈ ਕਿ ਨਹੀਂ ਹੈ। ਲੇਕਿਨ ਮੈਨੂੰ ਜਗਜੀਤ ਨੇ ਹੀ ਕਿਹਾ ਕੁਛ ਟਾਈਮ ਪਹਿਲਾਂ ਕਿ ਸਰ ਆਪਾਂ ਪੈਸੇ ਹੋਰ ਸ਼ੋਅ ਕਰੀਏ, 10 ਲੱਖ, ਮਤਲਬ 10 ਲੱਖਸ ਮਿਨੀਮਮ। ਤੋ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਲਿਆਓ ਫਿਰ, ਅਗਰ 10 ਲੱਖ ਤੋਂ ਤੁਹਾਡੇ ਕੋਲ ਹੈ, ਅਗਰ ਜੇ ਸ਼ੋਅ ਕਰ ਸਕਦੇ ਤਾਂ ਲਿਆਓ। ਅਤੇ ਉਹਨਾਂ ਨੇ 10 ਲੱਖ ਦੀ ਸਟੇਟਮੈਂਟ ਲਾਈ, ਅਤੇ ਮੇਰੇ ਖਿਆਲ ਹੈ ਕਿ 26 ਸਤੰਬਰ ਨੂੰ ਸਬਮਿਟ ਕੀਤਾ ਸੀ, ਯਾਦ ਹੈ ਤੁਹਾਨੂੰ ਸ਼ਾਇਦ? 26 ਅਗਸਤ, ਸੋਰੀ, ਸੋਰੀ 26 ਅਗਸਤ ਨੂੰ, ਸੋਰੀ 26 ਅਗਸਤ। ਸਰ ਹੁਣ ਇਸ ਵਾਰ ਫਰਾਈਡੇ ਨਹੀਂ ਸੀਗਾ, ਡੂ ਯੂ ਰਿਮੈਂਬਰ ਦਿਸ ਥਿੰਗ ਆਲਸੋ? ਅੱਛਾ, ਮੈਨੂੰ ਯਾਦ ਨਹੀਂ ਫਰਾਈਡੇ। ਅੱਛਾ, ਮੰਡੇ ਫਰਾਈਡੇ ਦਿਸ ਟਾਈਮ। ਅੱਛਾ, ਨੋ ਫਰਾਈਡੇ। ਅੱਛਾ, ਫਰਾਈਡੇ ਦਾ ਤੁਹਾਨੂੰ ਮਤਲਬ ਅਭਿਸ਼ੇਕ ਨੇ ਫਰਾਈਡੇ ਨਹੀਂ ਕਰਨਾ? ਸਤਵੀਰ ਜੱਜ ਦਾ ਅਸੀਂ ਫਰਾਈਡੇ ਨੂੰ ਕੇਸ ਲਗਾਇਆ ਸੀ, ਉਹਦਾ ਵੀਜ਼ਾ ਆ ਗਿਆ।
ਠੀਕ ਹੈ ਸਰ। ਅੱਛਾ ਮੈਨੂੰ 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 ਇਹ ਪਤਾ ਨਹੀਂ ਕਿ ਵੀ ਕਿਸੇ ਨੂੰ ਫਰਾਈਡੇ ਸੂਟ ਕਰ ਰਿਹਾ ਕਿਸੇ ਨੂੰ ਨਹੀਂ ਸੂਟ ਕਰ ਰਿਹਾ ਤੇ ਉਹਨੂੰ ਸਰ ਆਈ ਐਮ देयर ਟੂ ਟੇਕ ਕੇਅਰ ਆਫ ਲਾਈਕ ਕਿਹਨੂੰ ਸੂਟ ਕਰਦਾ ਕਿਹਨੂੰ ਨਹੀਂ ਕਰਦਾ। ਸਰ ਮੇਰੀ ਟੋਟਲੀ ਰਿਫਿਊਜ਼ਲ ਫਰਾਈਡੇ ਆਉਂਦੀ ਸੀ। He got so many refusals and every refusal was on Friday. ਚਲੋ ਟੋਟਲੀ ਫਰਾਈਡੇ ਅੱਜ ਤੇ ਇੱਥੇ ਮੰਗਲਵਾਰ ਹੋ ਗਿਆ ਮੇਰੇ ਖਿਆਲ। ਸੋ ਅੱਜ ਅਕਤੂਬਰ ਦੀ ਪਹਿਲੀ ਤਰੀਕ ਹੈ। ਤੁਸੀਂ ਰਮਨਦੀਪ ਭੁੱਲਰ ਨੂੰ ਜ਼ਰੂਰ ਕਾਲ ਕਰਕੇ ਮੇਰੇ ਵੱਲੋਂ ਵਧਾਈਆਂ ਦਿਓ, ਖੁਸ਼ਖਬਰੀ ਦਿਓ। ਓਕੇ ਸਰ, ਥੈਂਕ ਯੂ। ਤੇ ਮੈਨੀਟੋਬਾ ਵਿਨੀਪੈਗ ਦੀ ਟਿਕਟ ਬੁੱਕ ਕਰਾਓ। ਜੋ ਇੱਕ ਜਿਹੜਾ ਪਾਸਪੋਰਟ ਰਿਕੁਐਸਟ ਹੈ ਉਹ ਕਾਗਜ਼ ਹੈ, ਇਹਨਾਂ ਨੂੰ ਮੈਂ ਦੇ ਦਿਆਂਗਾ ਹਰਵਿੰਦਰ ਸਿੰਘ ਨੂੰ। ਤੁਸੀਂ ਲੁਧਿਆਣਾ ਜਾ ਕੇ ਇਹਨਾਂ ਤੋਂ ਲੈ ਲਓ ਤੇ ਕੱਲ੍ਹ ਹੀ ਦੇਰ ਕਰ ਦੀ ਫਿਰ ਕੱਲ੍ਹ ਹੀ ਤੁਸੀਂ ਉਹਨੂੰ ਜਮ੍ਹਾਂ ਕਰੋ ਤੇ ਵਿਦਇਨ 7 to 10 ਡੇਜ ਯੂ ਵਿਲ ਹੈਵ ਦ ਵੀਜ਼ਾ ਇਨ ਯੋਰ ਪਾਸਪੋਰਟ, ਫਿਰ ਆਪਣੀ ਤੁਸੀਂ ਤਿਆਰੀ ਕਰੋ। ਜਗਜੀਤ, ਯੂ ਕੈਨ ਕਮ ਟੁਮੋਰੋ ਆਨਵਰਡਸ ਐਂਡ ਆਈ ਵਿਲ ਗਿਵ ਯੂ ਆਲ ਦ ਪੇਪਰਸ, ਸੋ ਤੁਸੀਂ ਆਪਣਾ ਪੇਪਰ ਫਾਈਲ ਕਰੋ, ਇਲਾਂਟੇ ਮਾਲ ਚੰਡੀਗੜ੍ਹ ਜਾਓ, ਉੱਥੇ ਸ਼ਾਪਿੰਗ ਕਰੋ ਐਂਡ ਬ੍ਰਿੰਗ ਸਮਥਿੰਗ ਗੁੱਡ ਫੋਰ ਯੋਰ ਵਾਈਫ, ਉਹਨੂੰ ਸਰਪ੍ਰਾਈਜ਼ ਕਰੋ ਉੱਥੇ ਜਾ ਕੇ ਮਿਲੋ, ਤੇ ਜਦੋਂ ਤੁਹਾਡਾ ਮੂਮੈਂਟ ਹੋਏਗਾ ਏਅਰਪੋਰਟ ਤੇ ਮਿਲਣ ਦਾ, ਉਹਨੂੰ ਜ਼ਰੂਰ ਰਿਕਾਰਡ ਕਰੋ ਔਰ ਰਿਕਾਰਡ ਕਰਕੇ ਉਹਨੂੰ ਤੁਸੀਂ ਸਾਨੂੰ ਭੇਜੋ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਵਾਟ ਆਰ ਦ ਇਮੋਸ਼ਨਸ, ਵਾਟ ਆਰ ਦ ਟਰੂ ਇਮੋਸ਼ਨਸ ਆਫ ਅ ਟਰੂ ਲਵ, ਹਸਬੈਂਡ ਐਂਡ ਵਾਈਫ ਇੰਨੀ ਦੇਰ ਦੇ ਵਿਛੜੇ ਹੁੰਦੇ ਨੇ, ਉਹਨਾਂ ਨੂੰ ਮਿਲਣਾ ਕਿਵੇਂ ਦਾ ਹੈਗਾ, ਵਾਟ ਆਰ ਦ ਇਮੋਸ਼ਨਸ, ਰਾਈਟ? ਠੀਕ ਹੈ ਸਰ, ਥੈਂਕ ਯੂ। ਇਹ ਜ਼ਰੂਰ ਰਿਕਾਰਡ ਕਰੋ ਤੇ ਸਾਨੂੰ ਭੇਜੋ ਜਾਂ ਮੈਨੂੰ ਭੇਜੋ, ਠੀਕ ਹੈ? ਠੀਕ ਹੈ ਸਰ। ਹੋਰ ਕੁਝ? ਵੀ ਆਰ ਗੋਇੰਗ ਟੂ ਸ਼ੋ ਯੂਅਰ ਪਿਕਚਰ ਔਨ ਵਟਸਐਪ ਔਰ ਓਵਰ ਹੇਅਰ ਆਲਸੋ ਔਨ ਯੂਟਿਊਬ, ਠੀਕ ਹੈ? ਓਕੇ ਸਰ, ਚਲੋ, ਥੈਂਕ ਯੂ, ਥੈਂਕ ਯੂ। All right, bye-bye. Thank you. Bye. Stay blessed. Stay happy. Bye-bye. Bye. Bye-bye.
ਰਜੀਤ ਸਿੰਘ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਸਰ ਆ ਰਹੀ। ਪਹਿਲੀ ਗੱਲ ਮੈਨੂੰ ਖੁਸ਼ੀ ਬਹੁਤ ਹੋ ਰਹੀ ਹੈ ਤੁਹਾਨੂੰ ਦੋਨਾਂ ਨੂੰ ਦੇਖ ਕਰ ਇਕੱਠੇ ਮੈਨੀਟੋਬਾ ਤੁਸੀਂ ਆਏ ਹੋ ਜੁੜੇ ਹੋ ਕਈ ਸਾਲ ਤੋਂ ਮੇਰੇ ਖਿਆਲ ਵਿਛੋੜੇ ਹੋ ਤੁਸੀਂ ਤੇ ਕਿੰਨੇ ਸਾਲ ਬਾਅਦ ਮਿਲ ਰਹੇ ਹੋ ਹੁਣ? ਡੇਢ ਸਾਲ ਬਾਅਦ। ਡੇਢ ਸਾਲ ਬਾਅਦ, ਓ ਮਾਈ ਗੋਡ। ਤੁਹਾਡੀ ਮੈਂ ਡੀਪੀਆਂ ਦੇਖਦਾ ਕਿ ਤੁਸੀਂ ਉਹ ਪਹਾੜਾਂ ਦੀ ਤੁਸੀਂ ਉਹ ਲਾਈ ਆ ਸਨੋ ਦੀ, ਮੈਂ ਕਿਹਾ ਵੀ ਇਹ ਕੈਨੇਡਾ ਦੇ ਪਹਾੜ ਹੈ ਕਿ ਬਾਅਦ ਪਤਾ ਲੱਗਾ ਹਿਮਾਚਲ ਦੇ ਪਹਾੜ ਹੈ। ਸੋ ਹੁਣ ਤੁਹਾਡਾ ਸੁਪਨਾ ਸਾਕਾਰ ਹੋ ਗਿਆ ਮੇਰੇ ਖਿਆਲ। ਮੈਨੀਟੋਬਾ ਠੰਡ ਕਿੰਨੀ ਆ ਤੁਸੀਂ ਆਇਆ? ਮੇਰੇ ਖਿਆਲ ਸਨੋ ਸਟੋਰਮ ਵੀ ਹੋਇਆ ਸ਼ਾਇਦ ਇੱਧਰ। ਹਾਂ ਸਨੋ ਫਾਲ ਹੈ। ਹਾਂਜੀ ਸਰ। ਹਾਂ ਹਾਂ, ਕਿਸ ਤਰ੍ਹਾਂ ਲੱਗ ਰਿਹਾ ਰਮਨ? ਹਾਂਜੀ ਸਰ, ਬਹੁਤ ਖੁਸ਼ੀ ਹੋਈ। ਹਾਂਜੀ ਥੈਂਕ ਯੂ ਸਰ। ਹਾਂਜੀ ਨਾਓ ਆਈ ਥਿੰਕ ਆਈ ਵਾਂਟ ਟੂ ਥੈਂਕ ਹਿਮ ਯਾ ਥੈਂਕ ਯੋਰ ਹਸਬੈਂਡ। Frankly, I did not know about the farmer category applications, and he is the one who told me ke inna paise agar je show karne hai taan farmer di income hundi hai proof. So I wanted to thank him that he showed me the way, but I'm glad ke after seventh attempt je itna da visa lag gaya and he is here. I'm very glad. This is the reason ਤੁਹਾਡੇ ਜਿਹੜੇ ਕੇਸ ਜਿਸ ਤਰ੍ਹਾਂ ਤੁਹਾਡਾ ਕੇਸ ਹੈ, ਦਿਸ ਇਜ਼ ਦ ਪ੍ਰਾਇਮਰੀ ਰੀਜ਼ਨ ਵਾਈ ਆਈ ਡੂ ਸਪਾਊਸ ਵੀਜ਼ਾ ਐਪਲੀਕੇਸ਼ਨ। ਬਾਕੀ ਐਪਲੀਕੇਸ਼ਨ 'ਤੇ ਪੈਸੇ ਬਣਾ ਲਈ ਅਤੇ ਹੋਰ ਵੀ ਬਹੁਤ ਐਪਲੀਕੇਸ਼ਨਾਂ ਨੇ ਕਰਨੀ, ਲੇਕਿਨ ਮੇਰਾ ਫੋਕਸ ਸਿਰਫ ਸਪਾਊਸ ਐਪਲੀਕੇਸ਼ਨ ਦਾ ਹੀ ਹੈ ਰੀਸੈਂਟਲੀ। ਪਰ ਚਲੋ ਵਨ ਮੋਰ ਟਾਈਮ ਕੰਗਰੈਚੁਲੇਸ਼ਨ। ਆਈ ਵਾਂਟਡ ਟੂ ਆਸਕ ਯੂ ਵਨ ਔਰ ਟੂ ਕੁਐਸਚਨਸ ਕਿ ਜਦ ਤੁਸੀਂ ਦਿੱਲੀ ਤੋਂ ਚੜ੍ਹੇ, ਤੁਸੀਂ ਫਿਰ ਤੁਹਾਡੀ ਕੋਈ ਸਕਰੂਟਨੀ ਹੋਈ ਹੈ, ਤੁਹਾਡਾ ਕੋਈ ਇੰਟਰਵਿਊ ਹੈ, ਕੋਈ ਪਰੇਸ਼ਾਨੀ ਆਈ ਹੈ ਜਦ ਤੁਸੀਂ ਉਹਨਾਂ ਨੂੰ ਵੀਜ਼ਾ ਦਿਖਾਇਆ ਆਪਣੇ ਏਅਰਲਾਈਨ? ਨਹੀਂ ਸਰ, ਕੋਈ ਪਰੇਸ਼ਾਨੀ ਨਹੀਂ ਆਈ। ਕੋਈ ਪਰੇਸ਼ਾਨੀ ਨਹੀਂ ਆਈ ਜਦ ਤੁਸੀਂ ਕੈਨੇਡਾ ਏਅਰਪੋਰਟ ਤੇ ਪਹੁੰਚੇ? ਇੱਥੇ ਏਅਰਪੋਰਟ ਜਦ ਇਮੀਗ੍ਰੇਸ਼ਨ ਇੰਸਪੈਕਸ਼ਨ ਨੂੰ ਦਿਖਾਈ ਤੁਸੀਂ ਆਪਣੀ ਕੋਈ ਆਈਡੀ ਐਂਡ ਲੈਟਰ ਵਗੈਰਾ, ਤਾਂ ਉਹਨਾਂ ਨੇ ਤੁਹਾਨੂੰ ਕੋਈ ਸਵਾਲ ਜਵਾਬ ਪੁੱਛੇ? ਹਾਂਜੀ ਸਰ, ਉਹਨਾਂ ਨੇ ਦੋ ਸਵਾਲ ਪੁੱਛੇ ਸੀ ਮੈਨੂੰ। ਪਹਿਲਾਂ ਤਾਂ ਉਹਨਾਂ ਨੇ ਪੁੱਛੇ ਤੁਹਾਡੀ ਲਾਈਫ ਸਟੂਡੈਂਟ ਵੀਜ਼ਾ ਤੇ ਕਿਹਾ ਵਰਕ ਪਰਮਿਟ। ਹਾਂ ਤੇ ਮੈਂ ਕਿਹਾ ਸਟੂਡੈਂਟ ਵੀਜ਼ਾ ਕਹਿੰਦੇ, ਉਹਨਾਂ ਦਾ ਸਟੱਡੀ ਪਰਮਿਟ ਦਿਖਾਓ। ਅੱਛਾ ਅੱਛਾ ਬਾਹਰ ਨਿਕਲੇ। How did you feel? ਤੁਹਾਨੂੰ ਕਿੱਦਾਂ ਫੀਲ ਹੋਇਆ? ਲਿਖਿਆ ਹੋਗਾ ਬੇਨਵੇਨੀਦੋ ਟੂ ਕੈਨੇਡਾ, ਵੈਲਕਮ ਟੂ ਕੈਨੇਡਾ, ਐਂਡ ਤਰ੍ਹਾਂ ਤਰ੍ਹਾਂ ਦੇ ਲੋਕ, ਤਰ੍ਹਾਂ ਤਰ੍ਹਾਂ ਦੇ ਜਿਹੜੇ ਨਈ ਨਈ ਚੀਜ਼ਾਂ ਚੋਂ ਤੁਹਾਨੂੰ ਜਿਹੜੇ ਦਿੱਲੀ ਤੋਂ ਫਰਕ ਨਜ਼ਰ ਆਈ, ਕਿਸ ਤਰ੍ਹਾਂ ਦੀ ਫੀਲਿੰਗ ਹੋਈ? ਸਰ ਬਹੁਤ ਵਧੀਆ ਲੱਗਿਆ, ਇਕਦਮ ਚੇਂਜ ਹੋ ਗਿਆ ਸੀ ਸਰ। ਸਾਫ਼ ਲੱਗਿਆ ਲੋਕੀ ਜਰਾ ਆਪਣੇ ਹਾਂਜੀ ਸਾਫ਼ ਆਪਣੀ ਲਾਈਫ 'ਚ ਵੀ ਕਿਸੇ ਨੂੰ ਕੋਈ ਡਿਸਟਰਬ ਨਹੀਂ ਕਰ ਰਿਹਾ ਸੀ, ਜਿਵੇਂ ਇੰਡੀਆ 'ਚ ਰੌਲਾ ਰੱਪਾ ਪੈ ਰਿਹਾ, ਬਿਲਕੁਲ ਸ਼ਾਂਤੀ ਸੀਗੀ। ਯਾ ਦੈਟਸ ਨਾਈਸ। ਸੋ ਫਿਰ ਜਦ ਵਿਨੀਪੈਗ ਦੀ ਫਲਾਈਟ ਲਈ ਪਹੁੰਚੇ ਕਿੰਨੇ, 11 ਵਜੇ 12 ਵਜੇ ਤੱਕ? 11:30 ਤੱਕ। 11:30 ਵਜੇ। Yeah, I saw your video. I saw the video where you are coming in. I think she is coming here to give you flowers. So I felt great, affection about these moments. Aise moment liye apan visa karde hain, jere spouse visa. Otherwise, bol koi jyada reason nahi hai. I mean, we are not charging much.
ਪਰ ਆਈ ਥਿੰਕ ਦੈਟਸ ਇਜ਼ ਵਾਟ ਇਟਸ ਸਕਸੈਸਫੁਲ ਸੋ ਅੱਜ ਕਿਸ ਤਰ੍ਹਾਂ ਰਿਹਾ ਸਾਰਾ ਸਾਰੀ ਦਿਹਾੜੀ ਕੁਝ ਬਾਹਰ ਗਏ ਕੁਝ ਹਾਂਜੀ ਆਪਣਾ ਤਿੰਨ ਅਪਲਾਈ ਕਰਕੇ ਆਇਆ ਸੀਗਾ ਤਿੰਨ ਅਪਲਾਈ ਕਰਕੇ ਆਇਆ ਸਰ ਕੀ ਅਪਲਾਈ ਕਰਕੇ ਆਇਆ ਸਿਨ ਨੰਬਰ ਹਾਂਜੀ ਸਰ ਅੱਛਾ ਸਿਨ ਨੰਬਰ ਅਪਲਾਈ ਕਰਕੇ ਆਇਆ ਠੀਕ ਹੈ ਠੀਕ ਹੈ ਠੀਕ ਹੈ ਹੋਰ ਹੋਰ ਇੱਥੇ ਕਿਸ ਤਰ੍ਹਾਂ ਦੇ ਲੋਕ ਨੇ ਜਿਸ ਤਰ੍ਹਾਂ ਤੁਸੀਂ ਜਿੱਥੇ ਠਹਿਰੇ ਹੋ ਕਾਫੀ ਹੈ ਪੋਪੂਲੇਸ਼ਨ ਆਪਣੀ ਜਾਂ ਕਿਸ ਤਰ੍ਹਾਂ ਦੇ ਕੋਈ ਮਿਲੇ ਬਾਹਰ ਦੇ ਲੋਕ ਪੋਪੂਲੇਸ਼ਨ ਆਪਣੇ ਇੰਡੀਅਨ ਕਾਫੀ ਹਨ ਸਰ ਅੱਛਾ 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 ਠੀਕ ਹੈ ਠੀਕ ਹੈ ਪੰਜਾਬ ਦਾ ਪੰਜਾਬ ਦੱਸਤਾ ਆਪਣੇ ਫਾਦਰ ਮਦਰ ਨੂੰ ਕਿ ਅਸੀਂ ਪਹੁੰਚ ਗਏ ਇੱਥੇ ਹੁਣ ਮੁੜ ਕੇ ਆਉਣਾ ਹੈ ਦੁਬਾਰਾ ਉਹ ਮੇਰੇ ਖਿਆਲ ਮਿਸ ਤਾਂ ਨਹੀਂ ਕਰਦੇ ਤੁਹਾਨੂੰ ਸ਼ਾਇਦ ਨਹੀਂ ਮਿਸ ਤਾਂ ਕਰਦੇ ਹਜੇ ਸਰ ਹਾਂ ਹੁਣ ਤਾਂ ਨਹੀਂ ਮੇਰੇ ਖਿਆਲ ਯਾਦ ਤੇ ਨਹੀਂ ਆ ਰਹੀ ਕਿ ਵੀ ਹੁਣ ਇੱਥੇ ਕਿਤੇ ਫਸ ਗਏ ਹਾਂ ਠੰਡੀ ਜਗ੍ਹਾ ਬਰਫਾਂ ਤੇ ਅਸੀਂ ਅਸੀਂ ਵਾਪਸ ਜਾਣਾ ਨਹੀਂ ਸਰ ਬਹੁਤ ਟਾਈਮ ਬਾਅਦ ਇਕੱਠੇ ਹੋਏ ਆ ਸੀ ਮੈਂ ਤੇ ਰਮਨ ਦੈਟਸ ਰਾਈਟ ਹੁਣ ਅੱਗੇ ਕੀ ਇਰਾਦਾ ਹੈ ਕਿਹੜਾ ਕੀ ਜੌਬ ਕਰੋਗੇ ਕਿਸ ਤਰ੍ਹਾਂ ਕਰੋਗੇ ਸਰ ਦੇਖਦੇ ਅਪਲਾਈ ਕਰਦੇ ਹਾਂ ਠੀਕ ਹੈ ਚਲੋ ਆਈ ਕੰਗ੍ਰੈਚੁਲੇਟ ਯੂ ਐਂਡ ਯੋਰ ਵਾਈਫ ਆਲਸੋ ਫੋਰ ਪ੍ਰੋਵਾਈਡਿੰਗ ਆਲ ਦ ਡਾਕੂਮੈਂਟਸ ਐਂਡ ਪੇਸ਼ੈਂਟ ਆਈ ਵਾਜ਼ ਰੀਅਲੀ ਡਿਸਅਪੋਇੰਟਡ ਲਾਸਟ ਟਾਈਮ ਜਦ ਪਹਿਲੀ ਵਾਰ ਰਿਫਿਊਜ਼ ਹੋਇਆ ਇਹਨਾਂ ਦਾ ਵੀਜ਼ਾ ਦੁਬਾਰਾ ਅਪਲਾਈ ਕਰਦੇ ਐਕਚੁਲੀ ਕਈ ਵਾਰ ਬਹੁਤੇ ਸਾਡੇ ਜਿਹੜੇ ਕੇਸ ਹੈ ਨਾ ਵਾਈਫ ਆਪਣੇ ਹਸਬੈਂਡ ਨੂੰ ਸਪੋਂਸਰ ਕਰ ਰਹੀਆਂ ਤੇ ਵਾਈਫ ਸਾਨੂੰ ਪਹਿਲਾਂ ਕੰਟੈਕਟ ਕਰਦੀਆਂ ਕਿ ਵੀ ਤੁਸੀਂ ਹਸਬੈਂਡ ਦਾ ਕਰੋ ਸੋ ਵੈਨ ਆਈ ਟੇਕ ਦ ਕੇਸ ਆਈ ਫੀਲ ਗ੍ਰੇਟ ਯੂ ਨੋ ਰਿਸਪੋਂਸਿਬਿਲਟੀ ਕਿ ਹਸਬੈਂਡ ਨੂੰ ਸਪਾਊਸ ਵੀਜ਼ਾ ਲੈ ਕੇ ਆਉਣਾ ਹੈ ਅਤੇ ਅਗਰ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਮੇਰੇ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਕਿ ਮੈਂ ਵਾਈਫ ਨੂੰ ਕਾਲ ਕਰਕੇ ਕਹਿ ਦਾਂ ਕਿ ਤੇਰੇ ਹਸਬੈਂਡ ਦਾ ਵੀਜ਼ਾ ਰਿਫਿਊਜ਼ ਹੋ ਗਿਆ ਆਈ ਫੀਲ ਗ੍ਰੇਟ ਯੂ ਨੋ ਵੇਟ ਔਨ ਮਾਈ ਹਾਰਟ ਕਿ ਮੈਂ ਕਿਸ ਤਰ੍ਹਾਂ ਉਹਨੂੰ ਕਾਲ ਕਰਕੇ ਕਿਹਾ ਕਿ ਬਈ ਵੀਜ਼ਾ ਰਿਫਿਊਜ਼ ਹੋ ਗਿਆ ਆਈ ਫੀਲ ਗ੍ਰੇਟ ਪੇਨ ਇਨ ਸੇਇੰਗ ਦਿਸ ਬਟ ਵਾਹਿਗੁਰੂ ਦੀ ਮਿਹਰ ਹੋਈ ਹੈ ਕਿ ਕੰਮ ਇਹਨਾਂ ਦਾ ਸੈਕਿੰਡ ਵਾਰ ਹੋ ਗਿਆ ਨੋਰਮਲੀ ਸਮਟਾਈਮਸ ਈਵਨ ਟੇਕਸ ਲੌਂਗਰ ਮੇਰੇ ਕੋਲ ਹੋਰ ਵੀ ਇਸ ਤੋਂ ਪਹਿਲਾਂ ਕੇਸ ਸੀ ਜਿਹੜੇ ਜਿਹਨਾਂ ਨੂੰ ਦੋ ਵਾਰ ਤਿੰਨ ਵਾਰ ਚਾਰ ਵਾਰ ਵੀ ਲੱਗ ਗਏ ਐਂਡ ਆਫਕੋਰਸ ਆਈ ਹੈਵ ਟੂ ਵਰਕ ਔਨ ਇਟ ਹਾਰਡਰ ਪਰ ਤੁਹਾਡਾ ਦਾਣਾ ਪਾਣੀ ਹੈ ਤੁਹਾਡੀ ਮਿਹਨਤ ਹੈ ਤੁਹਾਡੇ ਜਿਹੜੇ ਪਤਨੀ ਦੀ ਲਗਨ ਹੈ ਇਹ ਸਾਰੇ ਨੇ ਕੰਟਰੀਬਿਊਟ ਕਰਕੇ ਤੁਹਾਨੂੰ ਇੱਥੇ ਮੈਨੀਟੋਬਾ ਲੈ ਕੇ ਆਉਂਦਾ ਹੈ ਅਤੇ ਆਈ ਵਿਸ਼ ਯੂ ਬੈਸਟ ਆਫ ਲੱਕ ਅਤੇ ਤੁਸੀਂ ਇੱਥੇ ਆ ਕੇ ਜੋਬ ਕਰੋਗੇ ਤਰੱਕੀਆਂ ਕਰੋਗੇ ਆਈ ਐਮ ਸ਼ੋਰ ਯੂ ਵਿਲ ਡੂ ਅ ਗ੍ਰੇਟ ਜੋਬ ਸੋ ਆਈ ਵਿਸ਼ ਟੂ ਸੀ ਯੂ ਸਮਟਾਈਮਸ ਇਨ ਮੈਨੀਟੋਬਾ ਮੈਂ ਤਾਂ ਅੱਜ ਤੱਕ ਮੈਨੀਟੋਬਾ ਕਦੇ ਗਿਆ ਨਹੀਂ ਮੈਂ ਤਾਂ ਅਲਬਰਟਾ ਤੋਂ ਬਾਹਰ ਕਦੇ ਮਤਲਬ ਰਿਹਾ ਨਹੀਂ ਆਈ ਐਮ ਜਸਟ ਇਨ ਅਲਬਰਟਾ ਫੋਰ ਪਾਸਟ 13 ਈਅਰਸ ਬਾਕੀ ਅਗਰ ਤੁਹਾਡਾ ਕਿਤੇ ਆਉਣਾ ਹੋਏ ਅਲਬਰਟਾ ਐਡਮਿੰਟਨ ਆਲਵੇਸ ਗਿਵ ਮੀ ਅ ਕਾਲ ਯੂ ਆਲਵੇਸ ਵੈਲਕਮ ਟੂ ਕਮ ਐਂਡ ਸੀ ਮੀ ਐਟ ਮਾਈ ਹੋਮ ਓਕੇ ਥੈਂਕ ਯੂ ਵੈਰੀ ਮੱਚ ਐਂਡ ਗੁੱਡ ਲੱਕ ਐਂਡ ਬੈਸਟ ਵਿਸ਼ਿਸ ਫੋਰ ਯੋਰ